ਵੀਜ਼ਾ ਅਜੇ ਮੇਰਾ ਆਇਆ ਨਹੀਂ ਸੀਗਾ, ਬਟ ਮੈਂ ਇੰਨਾ ਯਕੀਨ ਸੀਗੀ ਰਾਈਟ ਲਿੰਕ ਤੇ ਕਿ ਵੀਜ਼ਾ ਆਉਣ ਤੋਂ ਪਹਿਲਾਂ ਮੈਂ ਗੁਰਦੁਆਰਾ ਜਾ ਕੇ ਹੈਪੀ ਮੱਥਾ ਟੇਕ ਆਈ ਸੀ ਕਿ ਥੈਂਕ ਯੂ ਸੋ ਮਚ ਗੋਡ ਕਿ ਮੇਰਾ ਵੀਜ਼ਾ ਆ ਗਿਆ ਹੈ ਕਿ ਆ ਜਾਊਗਾ, ਪਰ ਮੈਨੂੰ ਕਿ ਬਿਲਕੁਲ ਵੀ ਟੈਨਸ਼ਨ ਨਹੀਂ ਸੀ, ਵਰੀ ਨਹੀਂ ਸੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਤਿਆਨ ਸਿੰਘ, ਰਾਈਟ ਲਿੰਕਸ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਡ ਪਟਿਆਲਾ ਤੋਂ। ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋ ਸਕਦੀ ਆ। ਸੋ ਮੈਂ ਕਹੂੰਗਾ ਵੀ ਇਹ ਵੀਡੀਓ ਨੂੰ ਸਟਾਰਟਿੰਗ ਤੋਂ ਐਂਡ ਤੱਕ ਜ਼ਰੂਰ ਦੇਖਣਾ। ਅਗਰ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ, ਸ਼ਾਇਦ ਕਾਫੀ ਸਟੂਡੈਂਟਸ ਦੇ ਜਿਹੜੇ ਇੱਕ ਡਾਊਟ ਨੇ ਜਾਂ ਇਹ ਲਾ ਕੇ ਚਲੋ ਵੀ ਉਹ ਸੋਚ ਰਹੇ ਨੇ ਕਾਫੀ ਟਾਈਮ ਤੋਂ ਵੀ ਅਸੀਂ ਆਪਣੀ ਕੈਨੇਡਾ ਦੀ ਫਾਈਲ ਲਾਈਏ ਜਾਂ ਨਾ ਲਾਈਏ, ਜਾਂ ਕਈ ਸਟੂਡੈਂਟਾਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਡਿਸਟੈਂਸ ਜਾਂ ਕੋਰਸਪੋਂਡੈਂਸ ਕੀਤੀ ਹੁੰਦੀ ਆ ਜਾਂ ਰਿਫਿਊਜ਼ਲਾਂ ਹੋਈਆਂ ਹੁੰਦੀਆਂ ਨੇ ਕਾਫੀ ਕੰਟਰੀਜ਼ ਤੋਂ। ਸੋ ਉਹ ਨਹੀਂ ਡਿਸੀਜਨ ਲੈ ਪਾਉਂਦੇ ਵੀ ਅਸੀਂ ਆਪਣੀ ਫਾਈਲ ਨੂੰ ਕਿਵੇਂ ਪ੍ਰੋਸੀਡ ਕਰੀਏ, ਕਿੱਥੋਂ ਅਪਲਾਈ ਕਰੀਏ। ਸੋ ਮੈਂ ਇਹ ਸਾਰਿਆਂ ਨੂੰ ਰੈਕਮੈਂਡ ਕਰੂੰਗਾ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਵੀ ਇਹ ਵੀਡੀਓ ਨੂੰ ਸਟਾਰਟਿੰਗ ਤੋਂ ਐਂਡ ਤੱਕ ਦੇਖਣ ਤਾਂ ਕਿ ਸ਼ਾਇਦ ਤੁਹਾਡਾ ਵੀ ਇੱਕ ਜਿਹੜਾ ਸੁਪਨਾ ਉਹ ਜ਼ਰੂਰ ਪੂਰਾ ਹੋ ਸਕੀ। ਸੋ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਮਿਲਾਵਾਂਗੇ ਹਰਪ੍ਰੀਤ ਕੌਰ ਨਾਲ, ਜਿਨ੍ਹਾਂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਅਪਰੂਵ ਹੋਇਆ 3 ਰਿਫਿਊਜ਼ਲਾਂ ਤੋਂ ਬਾਅਦ, ਤੇ ਇਹਨਾਂ ਦੀ ਜਿਹੜੀ ਰਿਫਿਊਜ਼ਲ ਨਹੀਂ ਉਹ ਅਲੱਗ ਅਲੱਗ ਕੰਟਰੀ ਤੋਂ ਸੀਗੀਆਂ। ਹੁਣ ਹਰਪ੍ਰੀਤ ਦੱਸਣਗੇ ਟੋਟਲੀ ਆਪਣਾ ਐਕਸਪੀਰੀਅੰਸ, ਕਿਵੇਂ ਇਹਨਾਂ ਨੂੰ ਪਤਾ ਲੱਗਿਆ ਰਾਈਟ ਲਿੰਕਸ ਬਾਰੇ, ਕਿਵੇਂ ਵਿਜ਼ਿਟ ਕੀਤਾ ਤੇ ਕਿੰਨੇ ਟਾਈਮ 'ਚ ਇਹਨਾਂ ਦਾ ਵੀਜ਼ਾ ਅਪਰੂਵ ਹੈ। ਜੀ ਹਰਪ੍ਰੀਤ, ਰਾਈਟ ਬਿਫੋਰ ਸੇਇੰਗ ਐਨੀਥਿੰਗ ਆਈ ਵੁਡ ਲਾਈਕ ਟੂ ਥੈਂਕ ਮਾਈ ਗੋਡ, ਮਾਈ ਫੈਮਿਲੀ ਮੈਂਬਰਸ ਐਂਡ ਮਾਈ ਸਪੋਰਟਿਵ ਹਸਬੈਂਡ। ਐਂਡ ਮਾਈ ਨੇਮ ਇਜ਼ ਹਰਪ੍ਰੀਤ ਕੌਰ, ਆਈ ਅਰਨਡ ਅ ਡਿਗਰੀ ਐਮ ਸੀ ਏ ਫਰੋਮ ਗੁਰੂ ਯੂਨੀਵਰਸਿਟੀ ਹਿਸਾਰ, ਐਂਡ ਆਈ ਆਲਸੋ ਗੋਟ ਦ 3 ਰਿਫਿਊਜ਼ਲਸ, ਵਨ ਫਰੋਮ ਯੂ ਐਸ ਐਂਡ 2 ਫਰੋਮ ਦ ਕੈਨੇਡਾ, ਐਂਡ ਫਾਈਨਲੀ ਆਈ ਕੇਮ ਅਕ੍ਰੋਸ ਟੂ ਰਾਈਟ ਲਿੰਕਸ। ਸੋ ਬਹੁਤ ਬਹੁਤ ਮੁਬਾਰਕਾਂ ਹਰਪ੍ਰੀਤ, ਤੁਹਾਡੇ ਕੈਨੇਡਾ ਸਟੱਡੀ ਵੀਜ਼ਾ ਅਪਰੂਵਲ ਤੇ ਤੁਹਾਡੀਆਂ ਰਿਫਿਊਜ਼ਲ ਸੀਗੀਆਂ 3 USA ਤੋਂ ਵੀ, ਕੈਨੇਡਾ ਤੋਂ ਵੀ, ਹੈ ਨਾ। ਸੋ ਅੱਜ ਫਾਈਨਲੀ ਤੁਹਾਡਾ ਵੀਜ਼ਾ ਅਪਰੂਵ ਹੋ ਚੁੱਕਿਆ। ਇੱਕ ਇਹ ਸੁਪਨਾ ਮੈਂ ਕਹੂੰਗਾ ਤੁਹਾਡਾ ਨਹੀਂ, ਤੁਹਾਡੀ ਫੈਮਿਲੀ ਦਾ ਸੀਗਾ ਜਿਹੜਾ ਕਿ ਤੁਸੀਂ ਅੱਜ ਪੂਰਾ ਕੀਤਾ। ਸੋ ਜੇ ਆਪਾਂ ਗੱਲ ਕਰੀਏ ਹਰਪ੍ਰੀਤ, ਸਭ ਤੋਂ ਪਹਿਲਾਂ ਤੁਹਾਡੀ ਐਜੂਕੇਸ਼ਨ ਬੈਕਗ੍ਰਾਉਂਡ ਨੂੰ ਲੈ ਕੇ, 10th ਕਦੋਂ ਪਾਸ ਆਊਟ ਕੀਤੀ, ਕੀ ਪਰਸੈਂਟ ਸੀ? ਸਰ ਮੈਂ 10th CBSE ਦੇ ਵਿੱਚ ਪਾਸ ਆਊਟ ਕੀਤੀ ਸੀਗੀ ਇਨ 2007 ਵਿੱਚ, ਐਂਡ ਮੇਰੀ ਪਰਸੈਂਟ ਸੀਗੀ 55 ਮਾਰਕਸ ਜੀ। ਸੋ ਦੈਨ ਆਫਟਰ 10th ਹਰਬੀ ਪਲੱਸ 2 ਪਾਸ ਆਊਟ ਕਦੋਂ, ਬੋਰਡ ਕਿਹੜਾ ਤੇ ਕੀ ਪਰਸੈਂਟ ਸੀ? ਹਾਂਜੀ ਸਰ, ਪਲੱਸ 2 ਮੈਂ ਪਾਸ ਕੀਤੀ ਸੀ 2009 ਦੇ ਵਿੱਚ, ਤੇ ਮੇਰੀ ਪਰਸੈਂਟ ਸੀ 64, ਐਂਡ ਬੋਰਡ ਸੀਗਾ PSEB ਪੰਜਾਬ ਬੋਰਡ ਤੋਂ। ਹਾਂਜੀ, ਗੁੱਡ। ਸੋ ਆ ਪਲੱਸ 2 ਤੋਂ ਬਾਅਦ ਤੁਹਾਡੀ ਕੀ ਸਟੱਡੀ ਰਹੀ ਆ ਤੇ ਕਦੋਂ ਪਾਸ ਆਊਟ ਕੀਤੀ? ਪਲੱਸ 2 ਤੋਂ ਬਾਅਦ ਸਰ ਮੈਂ ਟਿਲ 2014 ਤੱਕ BCA ਪਲੱਸ MCA ਇੰਟੀਗ੍ਰੇਟਡ ਕੋਰਸ ਕੀਤਾ, ਐਂਡ ਫਾਈਨਲੀ ਜੋ ਜੀ ਪਰਸੈਂਟ ਸੀ ਉਹ 70% ਸੀ। 70। ਸੋ ਮੇਨ ਇਹ ਐਪਲੀਕੇਸ਼ਨ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਹਰਪ੍ਰੀਤ, ਤਾਂ ਮੇਨ ਜੋ ਰੀਜ਼ਨ ਹੈ ਉਹ ਤੁਹਾਨੂੰ ਵੀ ਪਤਾ ਹੀ ਹੈ ਨਾ ਵੀ ਤੁਹਾਡੀ MCA ਜਿਹੜੀ ਕੀਤੀ ਹੋਈ ਹੈ ਉਹ ਹੈਗੀ ਹੈ ਡਿਸਟੈਂਸ। ਹਾਂਜੀ ਸਰ, ਯਾਨੀ ਕਿ ਆਪਾਂ ਇਹਨੂੰ ਜੇ ਆਪਾਂ ਪੰਜਾਬੀ 'ਚ ਕਹੀਏ ਵੀ ਡਿਸਟੈਂਸ ਐਜੂਕੇਸ਼ਨ ਉਹ ਹੁੰਦੀ ਆ ਜਿਹੜੇ ਬੱਚੇ ਯੂਨੀਵਰਸਿਟੀ ਨਹੀਂ ਜਾਂਦੇ ਜਾਂ ਕਾਲਜ ਨਹੀਂ ਜਾਂਦੇ, ਉਹ ਘਰੇ ਬਹਿ ਕੇ ਪੜ੍ਹਦੇ ਨੇ ਤੇ ਉਹਦੇ ਐਗਜ਼ਾਮ ਜਦੋਂ ਹੁੰਦੇ ਨੇ ਉਦੋਂ ਦੇਣ ਜਾਂਦਾ। ਸੋ ਤੁਹਾਨੂੰ ਇਹ ਚੀਜ਼ ਨਹੀਂ ਲੱਗਿਆ ਵੀ ਮੇਰੀ ਸਾਰੀ ਪੜ੍ਹਾਈ ਡਿਸਟੈਂਸ ਮੈਂ ਕਰ ਰਹੀ ਹਾਂ ਵੀ ਇਨ ਫਿਊਚਰ ਜਾ ਕੇ ਜੇ ਮੈਂ ਕਿਸੇ ਕੰਟਰੀ ਲਈ ਅਪਲਾਈ ਕਰਦੇ ਮੈਨੂੰ ਪ੍ਰੋਬਲਮ ਕ੍ਰੀਏਟਸ ਹੋਣਗੀਆਂ? ਸੋ ਓਨੈਸਟਲੀ ਪਹਿਲਾਂ ਜਦੋਂ ਮੈਂ ਅਪਲਾਈ ਕੀਤਾ ਸੀ ਤਾਂ ਮੈਨੂੰ ਇਹ ਦੱਸਿਆ ਨਹੀਂ ਸੀ ਗਿਆ ਕਿ ਡਿਸਟੈਂਸ ਦੇ ਵਿੱਚ, ਤਾਂ ਮੈਨੂੰ ਇੱਕ ਮਤਲਬ ਕਿ ਬਲਾਈਂਡ ਫੇਅਰ ਦਿੱਤਾ ਗਿਆ ਸੀ ਕਿ ਰੈਗੂਲਰ ਹੈ, ਪਰ ਬਾਅਦ ਚ ਮੈਨੂੰ ਜਦੋਂ ਮੀਨਸ ਕਿ ਕਿਉਰੀਕੁਲਮ ਪਤਾ ਲੱਗਿਆ ਉਦੋਂ ਪਤਾ ਲੱਗਿਆ ਡਿਸਟੈਂਸ ਸੀ, ਪਰ ਇੰਟੀਗ੍ਰੇਟਡ ਕੋਰਸ ਸੀ ਤਾਂ ਮੈਂ ਵਿੱਚ ਵਿਚਾਲੇ ਨਹੀਂ ਸੀ ਛੱਡ ਸਕਦੀ। ਬਿਲਕੁਲ, ਯਾਨੀ ਕਿ ਇਹ ਤੁਹਾਨੂੰ ਕਰਨਾ ਹੀ ਪੈਣਾ ਸੀਗਾ ਕਿ ਜੋ 5 ਸਾਲ ਦਾ ਸੀਗਾ। ਸੋ ਇਹ ਤਾਂ ਤੁਹਾਡੀ ਹੋ ਗਈ ਗ੍ਰੈਜੂਏਸ਼ਨ, ਯਾਨੀ ਕਿ ਤੁਹਾਡੀ ਪਾਸ ਆਊਟ 2014 ਹੈ ਨਾ। ਸੋ 14 ਤੋਂ ਟਿਲ ਡੇਟ ਜੇ ਆਪਾਂ ਗੱਲ ਕਰੀਏ ਆਲਮੋਸਟ 8-9 ਸਾਲ ਦਾ ਗੈਪ
ਬੰਦ ਹੈਗਾ ਨਾ। ਸੋ ਇਸ ਪੀਰੀਅਡ ਦੇ ਵਿੱਚ ਤੁਸੀਂ ਕੀ ਕੀਤਾ, ਕੋਈ ਜੌਬ ਜਾਂ ਕੀ, ਉਹ ਥੋੜਾ ਜਿਹਾ ਆਡੀਅੰਸ ਨੂੰ ਪਲੀਜ਼ ਕਰੋ। ਹਾਂਜੀ ਸਰ, ਆਫਟਰ ਐਮਸੀਏ ਮੇਰੇ ਕੋਲ ਐਕਸਪੀਰੀਅੰਸ ਰਿਹਾ ਸੀਗਾ ਇਨਫੋਰਮੇਸ਼ਨ ਟੈਕਨੋਲੋਜੀ ਦੇ ਫੀਲਡ ਦੇ ਵਿੱਚ, ਇਨਫੋਸਿਸਟਮ ਤੋਂ, ਬਬਲ ਤੋਂ, ਕੰਪਨੀ ਤੋਂ। ਓਕੇ, ਯਾਨੀ ਕਿ ਉਸ ਥੋੜਾ ਐਜ਼ ਏ ਜੌਬ ਚੱਲਦੀ ਰਹੀ ਹੈ ਟਿਲ ਡੇਟ ਤੱਕ। ਹਾਂਜੀ। ਸੋ ਇਹ ਤਾਂ ਰਿਹਾ ਤੁਹਾਡਾ ਐਜੂਕੇਸ਼ਨ ਤੇ ਵਰਕ ਐਕਸਪੀਰੀਅੰਸ, ਯਾਨੀ ਕਿ 14 ਚ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ, ਯਾਨੀ ਕਿ 14 ਤੋਂ 6 ਉਹ ਹੋ ਗਏ, ਯਾਨੀ ਕਿ 8-9 ਸਾਲ ਦਾ ਤੁਹਾਡਾ ਵਰਕ ਐਕਸਪੀਰੀਅੰਸ ਰਿਹਾ। ਕਿਵੇਂ ਪਲਾਨ ਬਣਿਆ ਕਿ ਕੈਨੇਡਾ ਲਈ ਅਪਲਾਈ ਕੀਤਾ ਜਾਵੇ ਸਟੱਡੀ ਵੀਜ਼ਾ ਲਈ ਇੰਨੇ ਗੈਪ ਤੋਂ ਬਾਅਦ? ਐਕਚੁਅਲੀ ਇਹ ਮੇਰੇ ਹਸਬੈਂਡ ਤੇ ਮੇਰੀ ਫੈਮਿਲੀ ਦਾ ਡ੍ਰੀਮ ਸੀਗਾ ਕਿ ਕੈਨੇਡਾ ਲਈ ਅਪਲਾਈ ਕਰਨਾ ਹੈ। ਮੇਰੇ ਹਸਬੈਂਡ ਯੂਕੇ ਤੋਂ ਆਏ ਸੀਗੇ, ਉਹ ਵੀ ਸਟੱਡੀ ਬੇਸ ਤੇ ਗਏ ਸੀ, ਬਟ ਕੁਝ ਸਰਕਮਸਟਾਂਸਸ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ, ਟਰਨ ਟੂ ਬੈਕ ਕੰਟਰੀ। ਬਟ ਤਾਂ ਉਹਨਾਂ ਦਾ ਡ੍ਰੀਮ ਸੀਗੀ ਕਿ ਮੈਂ ਹੁਣ ਫੋਰਨ ਜਾਵਾਂ, ਤਾਂ ਇਸ ਰੀਜ਼ਨ ਕਰਕੇ ਫਿਰ ਮੈਂ ਕੈਨੇਡਾ ਨੂੰ ਚੂਜ਼ ਕੀਤਾ। ਜੀ। ਸੋ ਹਰਬੀ ਤੁਹਾਡੀ ਆਲਰੇਡੀ 3 ਰਿਫਿਊਜ਼ਲਾਂ ਨੇ ਹਨਾ? ਹਾਂਜੀ। ਸੋ 1 ਰਿਫਿਊਜ਼ਲ ਤੁਹਾਡੀ ਯੂਐਸਏ ਤੋਂ ਆ, ਤੇ ਉਸ ਤੋਂ ਬਾਅਦ 2 ਰਿਫਿਊਜ਼ਲਾਂ ਕੈਨੇਡਾ ਤੋਂ ਨੇ। ਕੋਈ ਮੈਨੂੰ ਦੱਸੋਗੇ ਵੀ ਕੀ ਕਾਰਨ ਸੀਗਾ ਰਿਫਿਊਜ਼ਲ ਹੋਣ ਦਾ? ਤੁਹਾਨੂੰ ਵੀ ਪਤਾ ਹੀ ਹੈ ਕਿਉਂਕਿ ਆਫਿਸ ਬਹੁਤ ਖੁੱਲ ਚੁੱਕੇ ਨੇ ਹਨਾ ਪੰਜਾਬ ਚ ਖਾਸ ਕਰਕੇ। ਸੋ ਹਰ ਇੱਕ ਬੰਦਾ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ, ਬਟ ਘੱਟ ਇਨਫੋਰਮੇਸ਼ਨ ਕਰਕੇ ਜਾਂ ਨਹੀਂ ਆਉਂਦਾ ਕਰਕੇ ਕੰਮ, ਤਾਂ ਉਹ ਬੱਚਿਆਂ ਦੇ ਐਕਸਪੈਰੀਮੈਂਟ ਕਰਦੇ ਨੇ ਵੀ ਇਸ ਤੇ ਐਵੇਂ ਲਾ ਲਓ, ਕੀ ਪਤਾ ਵੀਜ਼ਾ ਲੱਗ ਜਾਵੇ। ਆਈ ਥਿੰਕ ਮੈਨੂੰ ਲੱਗਾ ਤੁਹਾਡੀ ਐਪਲੀਕੇਸ਼ਨ ਦੇ ਵੀ ਸੇਮ ਐਕਸਪੈਰੀਮੈਂਟ ਕੀਤੇ ਗਏ ਨੇ। ਹਾਂਜੀ ਸਰ, ਫਸਟ ਯੂ ਮੈਂ ਯੂਐਸਏ ਅਪਲਾਈ ਕੀਤਾ ਸੀ ਤਾਂ ਆਈ ਵਾਜ਼ਨਟ ਅਵੇਅਰ ਅਬਾਊਟ ਦੈਟ, ਤਾਂ ਉਦੋਂ ਮੈਨੂੰ ਜ਼ਿਆਦਾ ਨੋਲੇਜ ਨਹੀਂ ਸੀ ਇਸ ਕੇਸ ਬਾਰੇ, ਤਾਂ ਉਹ ਜੋ ਮੈਂ ਪ੍ਰੈਪਰੇਸ਼ਨ ਵੀ ਕੀਤੀ ਸੀ ਤਾਂ ਖੁਦ ਕੀਤੀ ਸੀ। ਤਾਂ ਐਕਚੁਅਲੀ ਦਾ ਮੇਨ ਜੋ ਮਿਸਅੰਡਰਸਟੈਂਡਿੰਗ ਰਹੀ ਸੀ ਉਹ ਸੀ ਕਿ ਮੈਂ ਤੇ ਹਸਬੈਂਡ ਦਾ ਵੀਜ਼ਾ ਇਕੱਠਾ ਅਪਲਾਈ ਕਰਤਾ, ਜਦਕਿ ਬਿਗ ਮਿਸਟੇਕ ਸੀ ਫੋਰ ਯੂਐਸਏ। ਤਾਂ ਆਈ ਥਿੰਕ ਇਟ ਵਾਸ ਦਾ ਮੇਨ ਰੀਜ਼ਨ ਮੇਰੇ ਰਿਫਿਊਜ਼ਲ ਦਾ ਸੀ। ਜੋ ਜੀ, ਯਾਨੀ ਕਿ ਇਹ ਤੁਹਾਡੀ ਪਹਿਲੀ ਰਿਫਿਊਜ਼ਲ ਯੂਐਸਏ ਕਦੋਂ ਹੋਈ ਆਪਣੀ? ਇਸ ਨੂੰ ਹੋਈ ਸੀ ਕੋ ਸਪਟੰਬਰ 2022 ਦੇ ਵਿੱਚ। ਦੈਨ ਸੋ ਸੈਕਿੰਡ ਤੁਸੀਂ ਕੈਨੇਡਾ ਲਈ ਅਪਲਾਈ ਕੀਤਾ 2023 ਮਾਰਚ ਦੇ ਵਿੱਚ। ਸੋ ਇਹ ਕੀ ਰੀਜ਼ਨ ਸੀਗਾ ਰਿਫਿਊਜ਼ਲ ਦਾ, ਤੇ ਕਿਹੜੀ ਯੂਨੀਵਰਸਿਟੀ ਅਪਲਾਈ ਕੀਤਾ ਸੀ, ਕੀ ਕੋਰਸ? ਹਾਂਜੀ ਸਰ, ਕੈਨੇਡਾ ਮੈਂ ਅਪਲਾਈ ਕੀਤਾ ਸੀਗਾ ਐਮਬੀਏ ਕੋਰਸ ਲਈ, ਐਂਡ ਦ ਯੂਨੀਵਰਸਿਟੀ ਸੀਗੀ UCW ਯੂਨੀਵਰਸਿਟੀ ਕੈਨੇਡਾ ਵੈਸਟ ਜੀ। ਐਂਡ ਇਹਦੇ ਚ ਮੇਰੀ ਬਿਗ ਮਿਸਟੇਕ ਇਹ ਰਹੀ ਸੀ ਕਿ ਮੇਰਾ ਕੋਰਸ ਰੈਲੀਵੈਂਟ ਨਹੀਂ ਸੀਗਾ, ਕਿਉਂਕਿ ਆਲਰੇਡੀ ਮੈਂ ਐਮਸੀਏ ਕਰ ਚੁੱਕੀ ਹਾਂ। ਤਾਂ ਉਹਨਾਂ ਦਾ ਮੇਨ ਰਿਫਿਊਜ਼ਲ ਦਾ ਰੀਜ਼ਨ ਇਹ ਸੀਗਾ ਕਿ ਤੁਸੀਂ ਆਲਰੇਡੀ ਐਮਸੀਏ ਕਰ ਚੁੱਕੇ ਹੋ, ਤਾਂ ਵਾਈ ਆਰ ਯੂ ਅਪਲਾਈਂਗ ਫੋਰ ਦ ਐਮਬੀਏ? ਬਿਕੋਜ਼ ਦੋਨੋਂ ਹੀ ਪੋਸਟ ਗ੍ਰੈਜੂਏਟ ਕੋਰਸਿਸ ਸੀਗੇ। ਡਨ। ਦੈਨ ਉਸ ਤੋਂ ਬਾਅਦ ਫਿਰ ਤੁਸੀਂ ਸੋਚਿਆ ਕਿ ਵੀ ਕੀ ਪਤਾ ਸ਼ਾਇਦ ਵੀਜ਼ਾ ਲੱਗ ਹੀ ਜਾਵੇ, ਹੈਨਾ? ਦੈਨ ਸਰ, ਮੈਂ ਆਪਣੀ ਕਿਸਮਤ ਨੂੰ ਅਪਲਾਈ ਕੀਤਾ ਤੇ ਸੇਮ ਬਿਨਾ ਕੁਝ ਚੇਂਜ ਕੀਤੇ ਤਾਂ ਸੇਮ ਐਮਬੀਏ ਬੇਸ ਤੇ ਫਿਰ ਅਗੇਨ ਲਾਤਾ, ਤਾਂ ਫਿਰ ਰਿਫਿਊਜ਼ਲ ਆ ਗਈ। ਯਾਨੀ ਕਿ April 2023 ਦੇ ਵਿੱਚ ਤੁਹਾਡੀ ਤੀਜੀ ਰਿਫਿਊਜ਼ਲ ਆਈ ਜੀ। ਸੋ ਫਿਰ ਆਪਾਂ ਗੱਲ ਆ ਜੀ ਰਾਈਟਲਿੰਗਸ ਬਾਰੇ, ਕਿਵੇਂ ਪਤਾ ਲੱਗਿਆ? ਚੌਥੀ ਵਾਰ ਵੀ ਤੁਸੀਂ ਟਰਾਈ ਕੀਤਾ ਵੀ ਅਪਲਾਈ ਕੀਤਾ ਜਾਵੇ, ਹੈਨਾ? ਸੋ ਕਿਵੇਂ ਪਤਾ ਲੱਗੇ, ਕਿਵੇਂ ਤੁਸੀਂ ਸਾਡੇ ਆਫਿਸ ਆਏ, ਤੇ ਕਿੰਨੀ ਜਲਦੀ ਤੁਹਾਡਾ ਵੀਜ਼ਾ ਲੱਗਿਆ, ਕਿਵੇਂ ਤੁਹਾਨੂੰ ਲੱਗਿਆ ਹੋਪ ਮਿਲਣ ਤੋਂ ਬਾਅਦ ਵੀ ਹਾਂ ਮੈਂ ਕਾਉਂਸਲਿੰਗ ਲਿੱਤੀ ਆ ਵੀ ਮੇਰਾ ਵੀਜ਼ਾ ਲੱਗੂਗਾ ਜਾਂ ਨਾ, ਉਹ ਥੋੜਾ ਜਿਹਾ ਪਲੀਜ਼ ਕਲੀਅਰ ਕਰੋ। ਹਾਂਜੀ ਸਰ, ਐਕਚੁਅਲੀ ਸਰ ਮੈਂ ਪਹਿਲਾਂ ਯੂਟਿਊਬ ਤੇ ਵੈਬ ਐਪਲੀਕੇਸ਼ਨ ਤੇ ਇੰਸਟਾਗ੍ਰਾਮ ਤੇ ਤੁਹਾਡੀ ਵੀਡੀਓਜ਼ ਦੇਖਦੀ ਸੀਗੀ, ਤੇ ਮੈਂ ਕਾਫੀ ਸਮੇਂ ਤੋਂ ਦੇਖਦੀ ਸੀ, ਬਟ ਮੈਨੂੰ ਇਹ ਨਹੀਂ ਸੀ ਪਤਾ ਵੀ ਆਫਿਸ ਕਿੱਥੇ ਆ। ਤਾਂ ਉਹ ਵੀਡੀਓ ਦੇਖ ਕੇ ਫਿਰ ਮੈਂ ਸੋਚਿਆ, ਮੇਰੇ ਹਸਬੈਂਡ ਨੇ ਮੈਨੂੰ ਕਿਹਾ ਕਿ ਇੱਕ ਵਾਰੀ ਤੁਹਾਨੂੰ ਜਾਣਾ ਚਾਹੀਦਾ, ਟਰਾਈ ਕਰਨਾ ਚਾਹੀਦਾ। ਤਾਂ ਫਿਰ ਪਹਿਲਾਂ ਮੈਨੂੰ ਬਹੁਤ ਡਿਫਿਕਲਟ ਲੱਗਿਆ ਹੋਣਾ, ਬਟ ਮੈਂ ਜਦੋਂ ਆਫਿਸ ਪਹੁੰਚੀ ਤਾਂ ਮੈਂ ਬਹੁਤ ਕੰਫਰਟੇਬਲ ਫੀਲ ਕੀਤਾ, ਜਦੋਂ ਮੈਂ ਤੁਹਾਡੇ ਨਾਲ ਸਰ ਗੱਲ ਕੀਤੀ, ਪਵਨ ਸਰ ਨਾਲ ਗੱਲ ਕੀਤੀ, ਵਰਿੰਦਰ ਸਰ, ਬਾਕੀ ਸਾਰੀ ਟੀਮ ਮੈਂਬਰਸ ਨੇ, ਰਾਈਟਿੰਗਸ ਨੇ ਕਾਫੀ ਜ਼ਿਆਦਾ ਸਪੋਰਟ ਕੀਤਾ ਮੈਨੂੰ। ਤਾਂ ਤੁਸੀਂ ਯਕੀਨ ਨਹੀਂ ਕਰਨਾ ਹੈਗਾ ਕਿ ਮੈਂ ਅਨਨੋਨ ਸੀਗੇ ਸਰ ਮੇਰੇ ਲਈ ਐਂਡ ਸਾਰੇ ਟੀਮ ਮੈਂਬਰਸ, ਬਟ ਬਿਨਾ ਜਸਟ ਵੇਸਟਿੰਗ ਦਾ ਸਿੰਗਲ ਸੈਕਿੰਡ ਤਾਂ ਮੈਂ ਸਭ ਕੁਝ ਮਿਸ ਕੇ ਫਾਈਲ ਆਪਣੀ ਲੋਚ ਕਰਵਾਤੀ ਸਰ ਕੋਲ, ਕਿਉਂਕਿ ਮੈਨੂੰ ਇੰਨਾ ਤੁਸੀਂ ਯਕੀਨ ਹੋ ਗਿਆ ਕਿ ਨਹੀਂ ਸਰ ਮੇਰਾ ਵੀਜ਼ਾ ਕਢਾਣਗੇ।
ਥੈਂਕ ਯੂ ਸੋ ਮੱਚ। ਸੋ ਹਰਪ੍ਰੀਤ, ਜੇ ਆਪਾਂ ਗੱਲ ਕਰੀਏ, ਦੇਖੋ ਇਸ ਤੋਂ ਪਹਿਲਾਂ ਆਲਰੇਡੀ ਤੁਸੀਂ MBA ਪ੍ਰੋਗਰਾਮ ਚੋਂ ਰਿਫਿਊਜ਼ ਸੀਗੇ MCU ਤੋਂ ਬਾਅਦ, ਹੈ ਨਾ। ਸੋ ਕਈ ਵਾਰ ਇਹ ਹੋ ਜਾਂਦਾ ਵੀ 2 ਸਾਲ ਦਾ ਆਪਾਂ ਲਿੱਤੀ ਸੀਗੀ ਮਾਸਟਰ, ਹੁਣ ਆਪਾਂ ਜਿੱਥੇ ਅੱਗੇ ਆਪਾਂ ਅਪਲਾਈ ਕਰਨ ਜਾ ਰਹੇ ਹਾਂ ਉਹ ਪ੍ਰੋਗਰਾਮ 1 ਸਾਲ ਦਾ। ਸੋ ਤੁਹਾਨੂੰ ਇਹ ਨੀ ਲੱਗਿਆ ਵੀ ਆਲਰੇਡੀ ਮੇਰਾ 2 ਸਾਲ ਪ੍ਰੋਗਰਾਮ ਚ ਰਿਫਿਊਜ਼ ਹੋ ਗਿਆ, ਵੀ 1 ਸਾਲ ਤੇ ਮੇਰਾ ਵੀਜ਼ਾ ਕਿਵੇਂ ਆਊਗਾ? ਤਾਂ ਉੱਥੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੀ ਰੀਜ਼ਨ ਸੀਗਾ ਵੀ ਤੁਹਾਡਾ 1 ਸਾਲ ਤੇ ਵੀਜ਼ਾ ਅਪਰੂਵ ਹੋਇਆ, ਕੋਈ ਕਾਰਨ? ਹਾਂਜੀ ਸਰ, ਜਦੋਂ ਮੈਨੂੰ ਸਰ ਨੇ ਕਿਹਾ ਕਿ ਤੁਹਾਡਾ 1 ਸਾਲ ਦਾ ਪ੍ਰੋਗਰਾਮ ਹੈ ਯੂਨੀਵਰਸਿਟੀ ਆਫ ਮੈਨੀਟੋਬਾ ਵਿਨੀਪੈਗ, ਤਾਂ ਮੈਨੂੰ ਪਹਿਲਾਂ ਥੋੜਾ ਜਿਹਾ ਲੱਗਿਆ ਵੀ ਹਾਓ, ਹੈ ਨਾ, ਬਟ ਮੈਂ ਸਰ ਨੂੰ ਕੁਛ ਨਹੀਂ ਕਿਹਾ ਗਿਆ, ਬਟ ਮੈਂ ਸੋਚਿਆ ਵੀ ਸਰ ਇੰਨੇ ਕੰਫੀਡੈਂਟਲੀ ਮੈਨਰ ਦੇ ਵਿੱਚ ਕਹਿ ਰਹੇ ਨੇ ਗੱਲ ਕਿ ਨਹੀਂ ਹੋ ਜੂਗਾ ਅਪਰੂਵ, ਤਾਂ ਫਿਰ ਮੈਂ ਸੋਚਿਆ ਵੀ ਨਹੀਂ ਹੋ ਸਕਦਾ, ਵੀ ਜੇਕਰ 2 ਸਾਲ ਦਾ ਨਹੀਂ ਹੋਇਆ ਤਾਂ 1 ਸਾਲ ਦਾ ਵੀ ਹੋ ਸਕਦਾ, ਕੁਛ ਵੀ ਹੋ ਸਕਦਾ, ਤਾਂ ਫਿਰ ਮੈਂ ਸਰ ਤੇ ਬਿਲੀਵ ਕੀਤਾ ਸੀਗਾ ਤੇ ਵੀ ਮੈਨੂੰ ਲੱਗਿਆ ਵੀ ਨਹੀਂ ਵੀਜ਼ਾ ਆ ਜੂਗਾ ਇਸ ਨੂੰ। ਜੀ, ਸੋ ਕਿੰਨੇ ਦਿਨਾਂ ਚ ਹਰਪ੍ਰੀਤ ਤੁਹਾਡਾ ਵੀਜ਼ਾ ਅਪਰੂਵ ਹੋਇਆ? ਸਰ 37 ਡੇਸ ਦੇ ਵਿੱਚ ਵੀਜ਼ਾ ਆ ਗਿਆ। ਯਾਨੀ ਕਿ ਆਪਾਂ ਵੈਸੇ ਤਾਂ ਤੁਸੀਂ ਸਾਡੀ ਵੀਡੀਓ ਦੇਖੀ ਹੋਣੀ ਆ, ਹਫਤੇ ਚ 10 ਦਿਨ ਚ ਵੀਜ਼ੇ ਲੱਗੇ ਨੇ। ਸੋ ਕੁਝ ਐਪਲੀਕੇਸ਼ਨਾਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਇਹ ਕਹਿ ਲਓ ਵੀ ਰਿਫਿਊਜ਼ਡ ਹੋਣ ਕਰਕੇ ਇੱਕ ਆਫੀਸਰ ਉਹ ਪ੍ਰੋਪਰਲੀ ਫਾਈਲ ਨੂੰ ਸਟੱਡੀ ਕਰਦਾ, ਲਾਈਕ ਜਿਵੇਂ ਵੀ ਪਿਛਲਾ ਕੀ ਕਾਰਨ ਸੀਗਾ, ਆਪਾਂ ਪ੍ਰੈਜੈਂਟ ਕੀਤਾ ਆਪਣੀ ਸਟੇਟਮੈਂਟ ਦੇ ਵਿੱਚ ਉਹ ਚੀਜ਼ ਨੂੰ ਰੀਪ੍ਰੈਜੈਂਟ ਕਰ ਰਹੇ ਹਾਂ ਜਾਂ ਨਹੀਂ, ਹੈ ਨਾ। ਸੋ ਉਹ ਰੀਜ਼ਨ ਕਰਕੇ ਫਾਈਲ ਨੂੰ ਕੁਝ ਟਾਈਮ ਲੱਗ ਜਾਂਦਾ। ਸੋ ਹਰਪ੍ਰੀਤ, ਜੇ ਆਪਾਂ ਕਹੀਏ ਲਾਸਟ ਦੇ ਵਿੱਚ ਸੁਜੈਸ਼ਨ ਕੀ ਦੋਗੇ ਉਹ ਸਟੂਡੈਂਟਸ ਨੂੰ ਜਿਹੜੇ ਹਜੇ ਸੋਚ ਰਹੇ ਨੇ ਤੁਹਾਡੇ ਵਾਂਗ ਵੀ ਮੈਂ 4 ਵਾਰ ਰਿਫਿਊਜ਼ ਹੋ ਚੁੱਕਿਆ, ਮੇਰਾ ਤਾਂ ਗੈਪ ਹੈ 10 ਤੋਂ 15 ਸਾਲ ਦਾ, ਵੀ ਕਿਵੇਂ ਅਪਲਾਈ ਕਰਾਂ ਜਾਂ ਨਾ ਕਰਾਂ, ਬਟ ਸੁਪਨਾ ਜ਼ਰੂਰ ਆ ਕੈਨੇਡਾ ਜਾਂ ਆਸਟ੍ਰੇਲੀਆ UK ਜਾਣ ਦਾ, ਉਹਨਾਂ ਨੂੰ ਤੁਸੀਂ ਕੀ ਕਹੋਗੇ ਵੀ ਆਪਣਾ ਫਾਈਲ ਲਗਾਉਣ ਰਾਈਟਲਿੰਗਸ ਤੋਂ ਜਾਂ ਨਾ? ਸ਼ੋਰ ਸਰ, ਕਿਉਂ ਨਹੀਂ, ਵਾਈ ਨੋਟ, ਹੈ ਨਾ। ਜਦੋਂ ਮੈਨੂੰ ਇਹ ਲੱਗਦਾ ਸੀ ਜੇ ਮੇਰਾ ਵੀਜ਼ਾ ਆ ਗਿਆ ਨਾ ਤੇ ਕੋਈ ਪਰਸਨ ਹੈ ਹੀ ਨਹੀਂ ਜਿਹਦਾ ਵੀਜ਼ਾ ਨਾ ਆਏ, ਵੀ ਸਭ ਦਾ ਆ ਜਾਊਗਾ, ਹੈ ਨਾ। ਇਵਨ ਦੋ ਮਤਲਬ ਕਿ ਜੋ ਸੋਸਾਇਟੀ ਮੈਂਬਰਸ ਨੇ ਉਹਨਾਂ ਨੇ ਵੀ ਕਹਿਣਾ ਸਟਾਰਟ ਕਰਦੇ ਤੁਸੀਂ ਉਦੋਂ ਜਾਣਾ ਜਦੋਂ ਸਾਰੀ ਦੁਨੀਆ ਚਲੀ ਗਈ, ਹੈ ਨਾ, ਉਦੋਂ ਤੁਹਾਡਾ ਲਾਸਟ ਤੁਹਾਡਾ ਨੰਬਰ ਆਊਗਾ। ਤਾਂ ਇਨਫੈਕਟ ਹੁਣ ਮੈਂ ਉਹਨਾਂ ਨੂੰ ਇਹ ਚੀਜ਼ ਦਿਖਾ ਸਕਦੀ ਹਾਂ ਔਰ ਕਹਿ ਸਕਦੀ ਹਾਂ ਕਿ ਆਈ ਗੋਟ ਵੀਜ਼ਾ। ਤੇ ਸੈਕਿੰਡ ਥਿੰਗ ਇਜ਼ ਦੈਟ ਸਰ ਕਿ ਰਾਈਟ ਲਿੰਕ ਟੀਮ ਮੈਂਬਰਸ ਗਿਨੀ ਸਰ, ਵਰਿੰਦਰ ਸਰ, ਪਵਨ ਸਰ ਕਾਫੀ ਸਪੋਰਟਿਵ ਮੈਂਬਰਸ ਨੇ, ਇਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ, ਇਵਨ ਤੋਂ ਮੈਨੂੰ ਇੱਥੇ ਵਿਜ਼ਿਟ ਕਰਨ ਦੀ ਵੀ ਲੋੜ ਨਹੀਂ ਪਈ ਹੈਗੀ। ਜੋ ਵੀ ਸਾਰਾ ਕੰਮ ਹੈ ਔਨਲਾਈਨ ਹੋਇਆ, ਔਨਲਾਈਨ ਐਪ ਪੋਰਟਲ ਦੇ ਥਰੂ ਹੋਇਆ, ਤਾਂ ਆਈ ਡੋਂਟ ਥਿੰਕ ਸੋ ਕਿ ਤੁਹਾਡੇ ਕੋਲ ਅਗਰ ਨਹੀਂ ਟਾਈਮ ਹੈਗਾ ਤਾਂ ਤੁਹਾਨੂੰ ਵਿਜ਼ਿਟ ਕਰਨਾ ਪਏਗਾ। ਤਾਂ ਅਗਰ ਤੁਹਾਡੇ ਰਿਫਿਊਜ਼ਲਸ ਨੇ ਗੈਪ, ਅਗਰ ਸਪੈਸ਼ਲੀ ਗੈਪ ਹੈ ਰਿਫਿਊਜ਼ਲਸ ਨੇ, ਤਾਂ ਤੁਸੀਂ ਮਸਟ ਰਾਈਟ ਲਿੰਕਸ ਵਿਜ਼ਿਟ ਕਰੋ, ਕਿਉਂਕਿ ਇਹ ਇੱਕ ਓਨਲੀ ਓਨਲੀ ਵਨ ਪਲੇਟਫਾਰਮ ਹੈ ਜੋ ਤੁਹਾਡਾ ਵੀਜ਼ਾ ਕਢਾ ਸਕਦੇ ਆ। ਹਰ ਸਟੂਡੈਂਟ ਦੀ ਲੈ ਕੇ ਆਉਂਦਾ ਇੱਕ ਕੰਪਨੀ ਕੋਲ ਵੀ ਸਾਰੇ ਦੇ ਸੁਪਨੇ ਪੂਰੇ ਹੋਏ ਨੇ, ਜਿਨ੍ਹਾਂ ਦਾ 15 ਸਾਲ ਦਾ ਗੈਪ ਵੀ ਸੀਗਾ, ਨੋ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਅਪਰੂਵ ਕਰਵਾਇਆ ਰਾਈਟ ਲਿੰਕਸ ਦੀ ਟੀਮ ਨੇ ਪੂਰੀ ਮਿਹਨਤ ਨਾਲ। ਸੋ ਮੈਂ ਤਾਂ ਇਹੀ ਕਹੂੰਗਾ ਵੀ ਇੱਕ ਘਬਰਾਓ ਨਾ, ਡੀਮੋਟੀਵੇਟ ਨਾ ਹੋ ਵੀ ਤੁਹਾਡੀ ਰਿਫਿਊਜ਼ਲ ਆ ਗਈ ਤੁਸੀਂ ਨਹੀਂ ਜਾ ਸਕਦੇ। ਸੋ ਮੈਂ ਕਹੂੰਗਾ ਇੱਕ ਵਾਰ ਰਾਈਟ ਲਿੰਕਸ ਦੀ ਟੀਮ ਨੂੰ ਜ਼ਰੂਰ ਮੌਕਾ ਦਿਓ ਆਪਣਾ ਡ੍ਰੀਮ ਪੂਰਾ ਕਰਨ ਦਾ। ਬਾਕੀ ਡਾਕੂਮੈਂਟੇਸ਼ਨ ਦੀ ਜਿਹੜੀ ਗੱਲ ਹੁੰਦੀ ਆ, ਠੀਕ ਆ ਅਸੀਂ ਟਾਈਮ ਜ਼ਰੂਰ ਵੱਧ ਲਾਵਾਂਗੇ, ਬਟ ਜਿਹੜੀ ਪ੍ਰੈਜੈਂਟੇਸ਼ਨ ਹੈ, ਸਟੇਟਮੈਂਟ ਹੈ ਜਾਂ 12-94 ਫਾਰਮ 5-45 ਜਿਹਦੇ ਵਿੱਚ ਮੇਨ ਇਨਫੋਰਮੇਸ਼ਨ ਫਿਲ ਕੀਤੀ ਜਾਂਦੀ ਹੈ, ਮੈਕਸੀਮਮ ਉਹੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ। ਸੋ ਇਸੇ ਤਰ੍ਹਾਂ ਹਰਪ੍ਰੀਤ ਨੂੰ ਵੀ ਪ੍ਰੋਪਰਲੀ ਉਹ ਚੀਜ਼ ਦੱਸਿਆ ਗਿਆ ਸੀਗਾ ਵੀ ਤੁਹਾਡੀ ਸਟੇਟਮੈਂਟ 'ਚ ਕੁਛ ਆਪਾਂ ਐਡ ਆਨ ਕਰ ਰਹੇ ਹਾਂ, ਉਸ ਤੋਂ ਬਾਅਦ ਫਾਈਲ ਸਬਮਿਟ ਹੋਈ ਵਿਦ ਇਨ 37 ਡੇ ਦੇ ਵਿੱਚ ਇਹਨਾਂ ਦਾ ਵੀਜ਼ਾ ਅਪਰੂਵ ਹੋਇਆ।
ਸੋ ਮੈਂ ਤਾਂ ਇਹੀ ਸੁਜੈਸਟ ਕਰੂੰਗਾ, ਜੇਕਰ ਤੁਸੀਂ ਵੀ ਪਲਾਨ ਕਰ ਰਹੇ ਹੋ ਕੈਨੇਡਾ, ਯੂਕੇ, USA, ਆਸਟ੍ਰੇਲੀਆ ਜਾਣ ਦਾ, ਤੁਸੀਂ ਰਿਫਿਊਜ਼ਡ ਹੋ ਚੁੱਕੇ ਹੋ, ਗੈਪ ਹੈ, ਤਾਂ ਤੁਸੀਂ ਸਾਡੇ ਸਕਰੀਨ 'ਤੇ ਚੱਲ ਰਹੇ ਨੰਬਰ 'ਤੇ ਕਾਲ ਕਰੋ ਅਤੇ ਆਪਣੀ ਅਪੁਆਇੰਟਮੈਂਟ ਨੂੰ ਬੁੱਕ ਕਰਵਾ ਕੇ ਸਾਡੇ ਐਕਸਪਰਟ ਟੀਮ ਨੂੰ ਮਿਲ ਸਕਦੇ ਹੋ। ਹੋਰ ਵਧੇਰੀ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।